ਬੜੇ ਚਿਰ ਬਾਅਦ ਭੈਣ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਵਿਖੇ ਜੀਜਾ ਜੈ ਰਾਮ ਜੀ ਨਾਲ ਹੋ ਗਈ। ਹੁਣ ਨਾਨਕੀ ਜੀ ਸੁਲਤਾਨਪੁਰ ਵਿਖੇ ਰਿਹਾ ਕਰਦੇ ਸਨ, ਪਰ ਉਹਨਾਂ ਦੀ ਰੂਹ ਤਲਵੰਡੀ ਵਿਖੇ, ਕਿਉਂਕਿ ਘਰ ਵਿੱਚ ਸਿਰਫ ਭੈਣ ਨਾਨਕੀ ਹੀ ਸੀ ਜੋ ਆਪਣੇ ਵੀਰ ਨੂੰ ਪਛਾਣਦੀ ਸੀ। ਕਹਿੰਦੇ ਨੇ ਜਦੋਂ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਘਰੋਂ ਕਿਸੇ ਕੰਮ ਲਈ ਬਾਹਰ ਜਾਂਦੇ ਤੇ ਤੁਰਨ ਲੱਗੇ, ਆਪਣੇ ਭੈਣ ਨਾਨਕੀ ਜੀ ਦੇ ਪੈਰੀਂ ਹੱਥ ਲਾਇਆ ਕਰਦੇ ਸਨ ਤੇ ਭੈਣ ਨਾਨਕੀ ਜੀ ਪਿਛਾਂ ਹੋ ਜਾਇਆ ਕਰਦੇ ਸਨ, ਆਖਿਆ ਕਰਦੇ ਸਨ, ਵੀਰਾ ਰਹਿਣ ਦੇ, ਮੇਰੇ ਤੇ ਭਾਰ ਨਾ ਚਾੜ, ਤੂੰ ਦੁਨੀਆਂ ਲਈ ਨਾਨਕੇ ਪਰ ਮੈਂ ਤੈਨੂੰ ਪਛਾਣ ਲਿਆ ਏ, ਤੂੰ ਰੱਬ ਏ। ਜੀਜਾ ਜੈ ਰਾਮ ਜੀ ਅਤੇ ਭੈਣ ਨਾਨਕੀ ਦੇ ਕਹਿਣ ਉੱਤੇ ਮੇਰੇ ਹਜ਼ੂਰ ਸੁਲਤਾਨਪੁਰ ਵਿਖੇ ਆ ਗਏ ਤੇ ਇੱਥੇ ਮੋਦੀ ਖਾਨੇ ਵਿੱਚ ਮੋਦੀ ਦੀ ਕਾਰ ਤੇ ਲੱਗ ਗਏ। ਹਜ਼ੂਰ ਦੀ ਇਸ ਦੁਕਾਨ ਤੋਂ ਦੋ ਤਰ੍ਹਾਂ ਦਾ ਸੌਦਾ ਵਿਕਣ ਲੱਗਾ, ਇੱਕ ਅਧਿਆਤਮਿਕਤਾ ਦਾ ਤੇ ਦੂਸਰਾ ਦੁਨਿਆਵੀ। ਹਜ਼ੂਰ ਦੀ ਸੋਭਾ ਚਾਰੇ ਪਾਸੇ ਫੈਲਣੀ ਸ਼ੁਰੂ ਹੋ ਗਈ। ਇਹ ਸੋਭਾ ਬਟਾਲੇ ਵਿਖੇ ਵੀ ਪਹੁੰਚੀ, ਜਿੱਥੇ ਇੱਕ ਚੋਣਾ ਪਰਿਵਾਰ ਜਿਨ੍ਹਾਂ ਦੀ ਲੜਕੀ ਸੁਲੱਖਣੀ ਜਵਾਨ ਹੈ, ਕਿਸੇ ਨੇ ਜਾ ਕੇ ਆਖਿਆ, ਮੂਲ ਚੰਦਾ ਤੇਰੀ ਧੀ ਲਈ ਇੱਕ ਯੋਗਵਰ ਹੈ ਸੁਲਤਾਨਪੁਰ ਦੀ ਧਰਤੀ ਉੱਤੇ ਜੋ ਮੋਦੀ ਖਾਨੇ ਵਿਖੇ ਮੋਦੀ ਦੀ ਕਾਰ ਕਰ ਰਿਹਾ ਹੈ। ਹੁਣ ਮੂਲ ਚੰਦ ਅਤੇ ਚੰਦੋ ਰਾਣੀ ਹਜ਼ੂਰ ਨੂੰ ਵੇਖਣ ਵਾਸਤੇ ਆਏ, ਪਹਿਲੀ ਨਜ਼ਰਾਂ ਹੀ ਮੋਹੇ ਗਏ। ਸ਼ਗਨ ਦਾ ਦਿਨ ਪੱਕਾ ਕਰ ਦਿੱਤਾ ਗਿਆ। ਹੁਣ ਤਲਵੰਡੀ ਤੋਂ ਪਿਤਾ ਕਾਲੂ ਜੀ, ਚਾਚਾ ਲਾਲੂ ਜੀ ਅਤੇ ਹੋਰ ਰਿਸ਼ਤੇਦਾਰ ਉਮੰਡ ਕੇ ਆ ਗਏ। ਮੇਰੇ ਹਜ਼ੂਰ ਦੇ ਬਚਪਨ ਦਾ ਯਾਰ ਮਰਦਾਨਾ ਵੀ ਆਇਆ। ਅੱਜ ਮੇਰੇ ਹਜ਼ੂਰ ਨੂੰ ਸ਼ਗਨ ਲੱਗਣ ਦੀ ਰਸਮ ਅਦਾ ਹੋ ਰਹੀ ਹੈ। ਸਾਰੇ ਵਧਾਈਆਂ ਮੰਗ ਰਹੇ ਨੇ ਤੇ ਮੇਰੇ ਹਜ਼ੂਰ ਦੇ ਬਚਪਨ ਦਾ ਯਾਰ ਮਰਦਾਨਾ ਹਜ਼ੂਰ ਕੋਲੋਂ ਵਧਾਈ ਮੰਗ ਰਿਹਾ ਹੈ ਤੇ ਮੇਰੇ ਹਜ਼ੂਰ ਉਹਨੂੰ ਕੀ ਦੇ ਰਹੇ ਨੇ? ਜਰਾ ਸੁਣਨਾ ਸਾਥੀ, ਇਉਂ ਕਹਿ ਰਹੇ ਬਾਈ।
ਬਾਦਸ਼ਾਹ ਜੀ ਤੇ ਮਰਦਾਨੇ ਵਿੱਚ ਸੀ, ਸ਼ਾਇਦ ਹੀ ਕਿਸੇ ਦੁਨੀਆਂ ਦੇ ਦੋ ਹੋਰ ਯਾਰਾਂ ਵਿੱਚ ਹੋਵੇ। ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਹੱਸਦੇ ਹੋਏ ਮਰਦਾਨੇ ਨੂੰ ਆਖਣ ਲੱਗੇ, ਉਹ ਮਰਦਾਨਿਆ, ਉਹ ਮਰਾਸੀਆ, ਓਏ ਭੁੱਖ ਨਾ ਦਿਖਾਇਆ ਕਰ। ਮਰਦਾਨਾ ਆਖਣ ਲੱਗਾ, ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਮੈਨੂੰ ਮਰਾਸੀ ਆਖਿਆ ਨਾ, ਤੁਸੀਂ ਮੈਨੂੰ ਭੁੱਖਾ ਆਖਿਆ ਨਾ। ਹਜ਼ੂਰ ਹੱਸ ਕੇ ਆਖਣ ਲੱਗੇ, ਹਾਂ ਸੱਚੀ ਗੱਲ ਹੈ, ਇਹਦੇ ਵਿੱਚ ਝੂਠ ਵਾਲੀ ਗੱਲ ਕਿਹੜੀ ਹੈ। ਮਰਦਾਨਾ ਆਖਣ ਲੱਗਾ, ਨਾਨਕ ਜੀ ਬਹੁਤੇ ਤਿੜੇ ਨਾ ਫਿਰਿਓ, ਮੇਰੇ ਵਿੱਚ ਤੇ ਤੁਹਾਡੇ ਵਿੱਚ ਜ਼ਿਆਦਾ ਫਰਕ ਨਹੀਂ, ਐਵੇਂ ਥੋੜ੍ਹਾ ਜਿਹਾ ਫਰਕ ਹੈ। ਮੇਰੇ ਹਜ਼ੂਰ ਆਖਣ ਲੱਗੇ, ਮਰਦਾਨਿਆ ਅਸੀਂ ਤੇ ਫਰਕ ਸਮਝਦੇ ਹੀ ਨਹੀਂ, ਜੇ ਤੂੰ ਕੁਝ ਫਰਕ ਸਮਝਦਾ ਹੈ ਨਾ ਤੇ ਦੱਸ ਦੇ ਬਈ। ਮਰਦਾਨਾ ਆਖਣ ਲੱਗਾ, ਤੁਸੀਂ ਮੈਨੂੰ ਮਰਾਸੀ ਕਿਹਾ ਨਾ। ਮੇਰੇ ਹਜ਼ੂਰ ਆਖਣ ਲੱਗੇ, ਹਾਂ ਤੁਸੀਂ ਮੈਨੂੰ ਮਰਾਸੀ ਇਸ ਕਰਕੇ ਕਿਹਾ ਕਿਉਂਕਿ ਮੈਂ ਤੁਹਾਡੇ ਗੁਣ ਗਾਉਣਾ, ਤੇ ਤੁਸੀਂ ਵੀ ਮਰਾਸੀ ਹੋ, ਤੁਸੀਂ ਉਸ ਅਕਾਲ ਪੁਰਖ ਦੇ ਮਰਾਸੀ ਹੋ ਜਿਹਦੇ ਦਿਨੇ ਰਾਤ ਗੁਣ ਗਾਉਂਦੇ ਹੋ। ਸ਼ਹਿਨਸ਼ਾਹ, ਮੈਨੂੰ ਤੁਸੀਂ ਭੁੱਖਾ ਕਿਹਾ ਨਾ, ਮੇਰੇ ਤੋਂ ਜ਼ਿਆਦਾ ਤੁਸੀਂ ਭੁੱਖੇ ਹੋ। ਮੈਂ ਤੇ ਰੋਟੀ ਖਾ ਕੇ, ਪਦਾਰਥ ਖਾ ਕੇ ਕੁਝ ਸਮੇਂ ਲਈ ਤ੍ਰਿਪਤ ਹੋ ਜਾਂਦਾ ਹਾਂ, ਪਰ ਤੁਹਾਡੀ ਉਹਦੇ ਨਾਮ ਦੀ ਭੁੱਖ ਮੈਂ ਤੇ ਕਦੀ ਮਿਟਦੀ ਦੇਖੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਨਾ ਬੱਚੇ, ਅਗਲੀਆਂ ਲਾਈਨਾਂ ਵਿੱਚ ਕੀ ਆਖਦੇ ਵਾਏ।